ਪਰਮ ਸਤਕਾਰਯੋਗ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੀਏ ਤੇ ਆਖੀਏ ਤਾਂ ਸ੍ਰੀ ਸਤਗੁਰੂ ਰਾਮ ਸਿੰਘ ਜੀ ਤਾਂ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਤਾਂ ਸ੍ਰੀ ਸਤਗੁਰੂ ਉਦੇ ਸਿੰਘ ਜੀ ਸਾਖੀ ਹੈ ਕਸ਼ਮੀਰ ਮੇ ਇੱਕ ਸਾਧੂ ਸੀ ਤ੍ਰਿਕਾਲ ਦਰਸ਼ੀ ਚੋਖਰਾ ਜਾਪ ਜਪਦਾ ਸੀ ਉਸਨੇ ਕਹਿਣਾ ਸਤਲੁਜ ਕੇ ਕਿਨਾਰੇ ਪਰ ਪੂਰਨ ਪੂਰਕ ਪ੍ਰਗਟ ਹੋਣਗੇ 12ਵਾਂ ਜਾਮਾ ਬਾਢੀ ਕੇ ਘਰ અવਤਾਰ ਧਾਰੇਗਾ ਧਰਮ ਕੀ ਲੜੀ ਜਿਹੜੀ ਕਹੀ ਹੈ ਗ੍ਰੰਥਾਂ ਮੈਂ ਸੋ ਚੱਲੇਗੀ ਉਸ ਸਮੇਂ ਦੜਬ ਦੇਸ਼ ਮੈਂ ਤਿਸ ਸੰਤ ਪਾਸੋਂ ਇੱਕ ਸਿੰਘ ਆਇਆ ਉਸ ਨੇ ਜਦ ਸ੍ਰੀ ਸਾਧਗੁਰੂ ਜੀ ਦਾ ਦਰਸ਼ਨ ਕੀਤਾ ਤਾਂ ਜੋ ਨਿਸ਼ਾਨੀਆਂ ਸੰਤ ਦੱਸਦੇ ਹੁੰਦੇ ਸਨ ਉਹੋ ਹੀ ਪ੍ਰਤੀਤ ਹੋਈਆਂ ਉਹ ਕਹਿਣ ਲੱਗਾ ਜੀ ਆਪ ਤਾਂ ਪੂਰਨ ਗੁਰੂ ਹੋ ਨੇਤਰੀ ਦੇਖਣ ਸੇ ਸ਼ਾਂਤ ਆਏ ਜਾਂਦੀ ਹੈ नाले जो कश्मीर वाले संत ने चिन्ह दसे सन वो ठीक आप विखे बीतते हैं कहने लगा जी पहले वो संत काबल विखे रेंदे तीना हथों बादशाह रोज कड़ा प्रशाद हुंदा सी थोड़े चिर बाद शरैया ने कहा तुसी हिंदू के हाथ का हलवा खांदे हो हिंदू सूर खा लेते हैं इसी ते तह ने संता नु कहा कि आप कश्मीर विखे चले जाओ क्योंकि इतने शरीई थानू दुख देणगे इसी ते संत कश्मीर विखे आए रहे सी। सो जी जो निशानियां संत आख्या करते से सो आप विखे सही देखिया है आप सरबग ईश्वर हो इस ते मगरों दूसरे पिंड जाए उतरे खूह के ऊपर एक मुसलमान जाल भरदा सी ਉਸ ਨੂੰ ਖਾਲਸੇ ਨੇ ਕਿਹਾ ਤੂੰ ਪਰੇ हट ਜਾ ਅਸੀਂ ਜਾਲ ਭਰ ਲਈਏ ਉਹ ਨਾ ਹਟਿਆ ਤਾਂ ਖਾਲਸੇ ਨੇ ਮਾਰ ਕੇ ਹਟਾਇਆ ਤੇ ਜਾਲ ਭਰਿਆ ਸ੍ਰੀ ਸਾਧਗੁਰੂ ਜੀ ਉਸ ਵਕਤ ਪ੍ਰਸ਼ਾਦ ਛਕਦੇ ਸੀ ਸੁਣ ਕੇ ਬਚਨ ਕੀਤਾ ਬੜਾ ਮਾੜਾ ਕੰਮ ਕੀਤਾ ਹੈ ਜਿਹੜਾ ਐਵੇਂ ਹੀ ਮਾਰਿਆ ਹੈ ਬੇਗੁਨਾਹੇ ਨੂੰ ਭਾਵੇਂ ਕਿੱਡੀ ਬੰਦਗੀ ਕਰੋ ਉਸ ਨੂੰ ਭਾਵੇਂ ਕਿੱਡੀ ਬੰਦਗੀ ਕਰੇ ਕੋਈ ਉਸ ਨੂੰ ਕੁਝ ਨਹੀਂ ਪ੍ਰਾਪਤ ਹੋਊਗਾ ਕੀਤਾ ਕਤਰਿਆ ਤਿਸ ਦਾ ਐਵੇਂ ਹੀ ਜਾਊਗਾ ਸ਼੍ਰੀ ਸਾਧਗੂ ਜੀ ਵੈਰਾਗਵਾਨ ਹੋਏ ਨਿਤਰਾ ਵਿੱਚ ਜਲ ਜਾਣ ਲੱਗਾ ਸਿੰਘ ਵੀ ਵੈਰਾਗਮਾਨ ਹੋਏ ਦੀਵਾਨ ਰਾਗਿਆ ਨੇ ਲਾਇਆ ਸਿੰਘਾਂ ਨੇ ਆਏ ਅਰਜ਼ੀ ਕੀਤੀ ਜੀ ਦੀਵਾਨ ਲੱਗਾ ਹੈ ਗੁਰੂ ਜੀ ਨਾ ਗਏ ਵੈਰਾਗ ਬਹੁਤ ਕੀਤਾ ਉੱਥੇ ਬੈਠਿਆ ਨੂੰ ਦਿਨ ਲਹਿ ਗਿਆ ਗੁਰੂ ਜੀ ਬਚਨ ਕੀਤਾ ਜਿਹੜਾ ਬਚਨ ਨਾ ਮੰਨੇ ਚਾਹੇ ਮੇਰੇ ਮੰਜੇ ਦੇ ਹੇਠਾਂ ਹੀ ਪਿਆ ਰਹੇ सो मैथों सैकड़ों को दूर है जेड़ा सैकड़े कोह पर बैठा नाम जपे सो मेरी छाती का रोम है जैसे बिरछ को पादा बने फल लगता है विसाखी श्री अमृतसर श्री अमृतसर जी आए सातगुरु जी शहर के लोग दर्शन हैं, आग अगे, अगे पतासिया के ढेर लग जाते हैं दर्शन कराया शांत आ जाती है सर्ब लोग प्रसन्न होए दर्शन कर करके दर्शन करद्या नेत्र मुड़दे नहीं हैं जा दरबार से मुड़े दर्शन करके फरंगी तीन खड़े से सिपाही भेजा कि गुरु जी को सदो बिल्ले कहा कितने को सिंह हैं बचन होया गिण लवो फिर पूछया तुम्हारे पुत्र कितने हैं बचन होया सारे मेरे ही पुत्र हैं फरंगी ने कहा कि तुमको किसी ने हाँसी मकौल तो नहीं किया है हम उसका बंदोबस्त करेंगे फरंगी ने कहा कि कल कल को बारह बजे बंगले में आना अगले दिन बारह बजे सतगुरु जी उस बिल्ले के बंगले जाए रहे बिल्ला अपने बालक को कहने लगा तुम गुरु जी के चरनी हाथ लाओ राजी हो जाओगे बीमार सी उसका बेटा बहुत चरनी हाथ लाने राजी हो गया फरंगी ने प्रसन्न के बोलिया गुरु जी जो आपको तकलीफ देवेगा हासी करेगा हमको दसो उसका बंदोबस्त करेंगे एक बार सतगुरु जी बचन किता बाबे दरबारा सिंह को कि मैनू फरंगी जरूर हाथ पावन मैनू देसा प्रदेशा को ले जागे मैनू मार गया लिखणगे पर तु नहीं मनना मानना कि मार गया है ਮੈਂ ਅਗਨੀ ਨਾਲ ਜਲਦਾ ਨਹੀਂ ਪਾਣੀ ਵਿੱਚ ਡੁੱਬਦਾ ਨਹੀਂ ਪੌਣ ਨਾਲ ਉੱਡਦਾ ਨਹੀਂ ਮੈਂ ਇਹ ਝੂਠੇ ਕਰਕੇ ਮਾਰਨੇ ਹਨ ਤਾਂ ਦਾਵਾਂਗੀ ਜਦ ਸਾਰੀ ਪ੍ਰਿਥੀ ਨਿਰਾਸ਼ ਹੋ ਜਾਵੇਗੀ ਸਮਾ ਬਹੁਤ ਬੁਰਾ ਆਵੇਗਾ ਬਾਬੇ ਬ੍ਰਹਮਾ ਸਿੰਘ ਨੇ ਕਿਹਾ ਜੀ ਜੇ ਲੋਕ ਕਹਿਣ ਦੇ ਛੱਡ ਗਏ ਹਨ ਅੰਤਰਜਾਮੀ ਜੀ ਬਚਨ ਕੀਤਾ ਇਹ ਦੇ ਉਸ ਦਿਨ ਛੱਡਾਂਗਾ ਜਿਸ ਦਿਨ ਸਾਰੇ ਧਰਮ ਵਰਤੇਗਾ ਦੀ ਸਾਰੀ ਧਰਤੀ ਪਰ ਸੰਬਰ ਸੂਰੀ ਫਿਰੂਗੀ ਇੱਕ ਵਾਰੀ ਅਕਾਲ ਬੁੰਗੇ ਤਾਂ ਅਸ਼ੀਰ ਸਤਗੁਰ ਜੀ ਆਏ ਅਕਾਲ ਬੁੰਗੇ ਤੇ ਸਤਗੁਰ ਜੀ ਆਏ ਬਾਬੇ ਜੱਸਾ ਸਿੰਘ ਨੇ ਖੜਿਆ ਦੇਖ ਕੇ ਕਹਾ ਜੀ ਤੁਹਾਡੇ ਘਰ ਲੜਕਾ ਹੋਵੇ ਬਚਨ ਕੀਤਾ ਬਾਬਾ ਸਾਡੇ ਤਾਂ ਨਹੀਂ ਭਾਈ ਬੁੱਧ ਸਿੰਘ ਦੇ ਹੋ ਬਾਬੇ ਜੀ ਪੁੱਛਿਆ ਸਾਈਬੂ ਕੇ ਹੋਗਾ ਬਚਨ ਹੋਇਆ ਨਹੀਂ ਬਾਬਾ ਨਵੇਂ ਆਨੰਦ ਹੋਣਗੇ ਬਾਬਾ ਅਸੀਂ ਤੇਰੇ ਪੁੱਤਰ ਹਾਂ ਤੂੰ ਕਹਿਣਾ ਹੋਵੇਂਗਾ ਮੇਰੇ ਘਰ ਜਨਮ ਧਾਰਿਆ ਹੈ ਅਸੀਂ ਅਕਾਲ ਪੁਰਖ ਦੇ ਹੁਕਮ ਨਾਲ ਆਏ ਹਾਂ ਤੈਨੂੰ ਤਾਂ ਸਾਰਾ ਹਾਲ ਮਾਲੂਮ ਹੈ ਜਿਵੇਂ ਅਸੀਂ ਅਵਤਾਰ ਧਾਰਿਆ ਹੈ ਇੱਕ ਸਮੇਂ ਦੁਈ ਮੂਰਤੀ ਬੁੱਧ ਸਿੰਘ ਜੀ ਕੋ ਬਚਨ ਕੀਤਾ ਤੇਰਾ ਹੋਰ ਵਿਆਹ ਕਰਾ ਦੇਈਏ ਮਹਾਰਾਜ ਬੁੱਧ ਸਿੰਘ ਜੀ ਚੁੱਪ ਕਰ ਰਹੇ ਗੁਰੂ ਜੀ ਬਚਨ ਕੀਤਾ 익ਤੀ ਜਾਣਾ ਹੈ ਸਮਾਪਾਇਕੇ ਦੋ ਹੋਣਗੀਆਂ ਇੱਕ ਵਾਰ ਸੀ 사ਤਗੁਰਜੀ ਪਲੰਗ ਪਰ ਬੈਠੇ ਸੀ ਇਤਨੇ ਮੇ ਇੱਕ ਥਾਣੇਦਾਰ ਆਇਆ ਕੁਰਸੀ ਦੀ ਟੀ ਕੁਰਸੀ ਪਰ ਬੈਠਾ ਇਤਨੇ ਨੂੰ ਸੱਦਾ ਮਸਤਾਨੀ ਫਿਰਦੀ ਫਿਰਦੀ ਆਏ ਗਈ ਕਹਿਣ ਲੱਗੀ ਕਿਉਂ ਵੀ ਸੂਰ ਖਾਣਿਆ ਮੇਰੇ ਗੁਰੂ ਜੀ ਦੇ ਬਰਾਬਰ ਬੈਠਾ ਹੈ ਥਾਣੇਦਾਰ ਤਾਂ ਚੁੱਪ ਰਿਆ ਸਿੰਘਾਂ ਨੇ ਅਰਜ਼ ਕੀਤੀ ਜੀ ਥਾਣੇਦਾਰ ਨੂੰ ਗਾਲਾਂ ਕੱਢੀਆਂ ਹੈ ਗੁਰੂ ਜੀ ਕਿਆ ਸੋ ਜੁੱਤੀ ਮਾਰੋ ਜਸ ਸੱਦਾ ਨੂੰ ਕਈ ਸਿੰਘ ਵੀ ਖਿਜੇ ਹੋਏ ਸੇ ਸਭ ਨੂੰ ਸਾਹਮਣੇ ਸੁਣਾਉਂਦੀ ਹੁੰਦੀ ਸੀ ਲਗੀਆਂ ਜੁੱਤੀਆਂ ਪੈਣ ਜੁੱਤੀ ਪਵੇ ਤੇ ਸੱਦਾ ਸੂਰ ਖਾਣਾ ਹੀ ਗਏ ਜਾਂ ਸੌ ਜੁੱਤੀ ਲੱਗੀ ਤਾਂ 사ਤਗੁਰ ਜੀ ਅੰਦਰ ਪਲੰਗ ਪਰ ਲੇਟੀ ਜਾਣ ਥਾਣੇਦਾਰ ਨੇ ਉਂਗਲੀ ਮੂੰਹ ਮੇ ਲਾ ਲਈ ਕਿ ਇਸ ਦੀ ਸੌ ਜੁੱਤੀ ਲੱਗੀ ਹੈ ਇਸ ਦੀ ਬੋ ਤੀਵੇਂ ਹੀ ਹੈ ਉਤਰੀ ਨਹੀਂ ਇੰਨੇ ਨੂੰ ਇਹਨੂੰ ਜਾਣੋ ਲਗੀਆਂ ਹੀ ਨਹੀਂ ਹੈ ਥਾਣੇਦਾਰ ਨੇ ਕਹਾ ਕਿ ਇਹ ਗੁਨਾਹ ਮੈਨੂੰ ਹੋਇਆ ਹੈ ਜੋ ਇਤਨੀਆਂ ਜੁੱਤੀਆਂ ਮਰਵਾਈਆਂ ਹਨ ਮੈਂ ਤਾਂ ਖੁਦਾ ਨੂੰ ਜੁੱਤੀਆਂ ਮਰਵਾਈਆਂ ਹੈ ਸਿੰਘਾਂ ਨੇ ਮਾਰੀਆਂ ਵੀ ਬੜੇ ਜ਼ੋਰ ਨਾਲ ਕਸਰ ਨਾ ਸੀ ਕਿਸੇ ਛੱਡੀ ਐਦੇ ਐਦੇ ਕਿਦਰੇ ਯਾਦ ਖਿਆਲ ਵੀ ਨਹੀਂ ਹੈ ਮੇਰੇ ਹੀ ਸਿਰ ਗੁਨਾਹ ਹੋਇਆ ਹੈ ਜਾਂ ਸ਼ੀਰ ਸਾਗੁਰ ਜੀ ਦੇ ਸਾਹਮਣੇ ਹੋਈ ਤਾਂ ਪੁੱਛਿਆ ਸੱਦਾ ਦੇਰੇ ਕੋਈ ਛੱਟ ਤਾਂ ਨਹੀਂ ਲੱਗੀ ਆਖਣ ਲੱਗੀ ਜਿਸ ਕੇ ਸਿਰੇ ਉੱਪਰ ਤੂ Swami ਸੋ ਦੁੱਖ ਕੈਸਾ ਪਾਵੇ دینदयाल ਜੀ ਬਚਨ ਕੀਤਾ ਜਿੱਧਰ ਛੱਟ ਲੱਗਦੀ ਸੀ ਉਧਰ ਹੀ ਪਾਸਾ ਅੱਗੇ ਕਰਕੇ ਚੱਲਦੇ ਰਹੇ ਹਨ ਤੈਨੂੰ ਛੱਟ ਨਹੀਂ ਲੱਗਣ ਦਿੱਤੀ ਇੱਕ ਵਾਰ ਸਾਧਗੁਰ ਜੀ ਕੀਰਤ ਕੀਰਤਪੁਰ ਆਏ ਪੜਾਓ ਕੀਤਾ ਮਸਤਾਨ ਸਿੰਘ ਪੁਜਾਰੀ ਨੇ ਭਜਨ ਲੈ ਲਿਆ ਪਹਿਲੇ ਕਲਾ ਕਾ ਪ੍ਰਤਾਪ ਦੇਖ ਕੇ ਭਜਨ ਲੀਤਾ ਮਸਤਾਨ ਸਿੰਘ ਨੂੰ ਕੈਦ ਹੋਈ ਗਈ ਸੀ ਉਸ ਨੇ ਜੇਲ੍ਹ ਖਾਨੇ ਵਿੱਚ ਪ੍ਰਾਰਥਨਾ ਕੀਤੀ ਕਿ हे ਅੰਤਰੀਆਮੀ 사ਦਗੁਰੂ ਰਾਮ ਸਿੰਘ ਜੇ ਆਪ અવਤਾਰ ਹੋ ਤਾਂ ਮੈਨੂੰ ਜੇਲ੍ਹ ਖਾਨੇ ਸੇ ਕੱਢੋ ਮੈਂ ਸਿੰਘ ਸੱਜੂnga ਆਪਕਾ ਸੋ ਅੰਤਰਜਾਮੀ ਜੀ ਕੇ ਜੀ ਨੇ ਉਸਕੇ ਜੇਲ੍ਹ ਖਾਨੇ ਕੀ ਬੰਦੀ ਸੇ ਕੱਢਿਆ ਸੀ ਤਾਂ ਉਸਨੇ ਭਜਨ ਲਿਆ ਅਤੇ ਸਿੰਘ ਸੱਜਿਆ ਉਥੋਂ ਤੁਰਕੇ ਪੜਾ ਪੜਾ ਕਨੌਲੀ ਜਾਇ ਕੀਤਾ ਉਥੋਂ ਤੁਰ ਕੇ ਰੋਪੜ ਕੇ ਵਿੱਚ ਲੋਕਾਂ ਦਾ ਭਲਾ ਕਰਦੇ ਹੋਏ ਹੋਏ ਚਲੇ ਆਏ ਜੇ ਚਮਕੌਰ ਸਾਹਿਬ ਕੇ ਪਾਸ ਆਏ ਤਾਂ ਬਚਨ ਕੀਤਾ ਜੋ ਸਾਨੂੰ ਇੱਥੇ ਵੀ ਆ ਮਿਲੇਗਾ ਸੋ ਵੀ ਰੂਅਲਸਰ ਜਾਏਗਾ ਸਭ ਪਾਪ ਬਖਸ਼ੇ ਜਾਣਗੇ ਸਾਰੇ ਹੀ ਆਕੀਏ ਤਾਂ ਸੀ ਸਤਿਗੁਰੂ ਰਾਮ ਸਿੰਘ ਜੀ